ਅੱਜ ਮੈਂ ਆਪ ਜੀ ਦੇ ਸਾਹਮਣੇ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਮਾਤਾ ਪਿਤਾ ਦਾ ਕੀ ਰੋਲ ਹੈ, ਉਹਨਾਂ ਦੀ ਕੀ ਮਹੱਤਤਾ ਹੈ, ਇਸ ਬਾਰੇ ਆਪਣੀ ਇੱਕ ਕਵਿਤਾ ਸੁਣਾਉਣ ਜਾ ਰਿਹਾ ਹਾਂ ਕਿ ਬੱਚਾ ਹੁੰਦਾ ਹੈ ਮਿੱਟੀ ਦੀ ਨਿਰੀ ਮੂਰਤ, ਤੇ ਘਰ ਦੇ ਮਾਪੇ ਨੇ ਉਹਨੂੰ ਘੁਮਿਆਰ ਵਾਂਗੂੰ ਭੱਠੀ ਵਿੱਚ ਪਾ ਕੇ ਕੁੰਦਨ ਵਾਂਗ ਕਰਦੇ, ਉਹ ਤਾਂ ਸੁਗੜ ਸਿਆਣੇ ਸੁਨਿਆਰ ਵਾਂਗੂ ਆਪਣੇ ਬੱਚਿਆਂ ਦੀ ਸਦਾ ਨਿਸ਼ਕਾਮ ਰਹਿ ਕੇ ਸੇਵਾ ਕਰਦੇ ਨੇ, ਸੇਵਾਦਾਰ ਵਾਂਗੂ ਆ ਵੱਖੋ ਵੱਖ ਪਰਿਵਾਰ ਦੇ ਮੋਤੀਆਂ ਨੂੰ ਇਕੱਠੇ ਰੱਖਦੇ ਗਲੇ ਦੇ ਹਾਰ ਵਾਂਗੂ, ਵੱਖੋ ਵੱਖ ਪਰਿਵਾਰ ਦੇ ਮੋਤੀਆਂ ਨੂੰ ਇਕੱਠੇ ਰੱਖਦੇ ਗਲੇ ਦੇ ਹਾਰ ਵਾਂਗੂ, ਤੇ ਧੀਆਂ ਪੁੱਤਾਂ ਦੀ ਦਾਤ ਹੈ ਦਾਤ ਰੱਬੀ, ਧੀਆਂ ਪੁੱਤਾਂ ਦੀ ਦਾਤ ਹੈ ਦਾਤ ਰੱਬੀ, ਦੁਨੀਆ ਵਿੱਚ ਇਹ ਦਾਤ ਲਿਆਉਣ ਮਾਪੇ ਤੇ ਜਨਮ ਦੇ ਕੇ ਪਾਲਦੇ ਪੋਸਦੇ ਨੇ, ਸਦਾ ਘੁੱਟ ਕੇ ਕਾਲਜੇ ਲਾਉਣ ਮਾਪੇ, ਸੁਖੀ ਰੱਖਣ ਦੇ ਲਈ ਔਲਾਦ ਤਾਈਂ ਕਈ ਤਰ੍ਹਾਂ ਦੇ ਜੋਖਮ ਉਠਾਉਣ ਮਾਪੇ, ਆਪਣੇ ਪੈਰਾਂ ਤੇ ਖੜੇ ਜਦ ਹੋਣ ਬੱਚੇ ਉਦੋਂ ਰੱਬ ਦਾ ਸ਼ੁਕਰ ਮਨਾਉਣ ਮਾਪੇ, ਆਪਣੇ ਪੈਰਾਂ ਤੇ ਖੜੇ ਜਦ ਹੋਣ ਬੱਚੇ ਉਦੋਂ ਰੱਬ ਦਾ ਸ਼ੁਕਰ ਮਨਾਉਣ ਮਾਪੇ, ਤੇ ਤੱਤੀ ਹਵਾ ਦੇ ਬੁੱਲੇ ਨੇ ਸਦਾ ਆਉਂਦੇ, ਤੱਤੀ ਹਵਾ ਦੇ ਬੁੱਲੇ ਨੇ ਸਦਾ ਆਉਂਦੇ, ਵਾਹ ਪੁਰੇ ਦੀ ਕਦੇ ਹੀ ਵਗਦੀ ਏ, ਕੋਈ ਵਿਰਲਾ ਹੀ ਬੱਚਾ ਉਹ ਹੋਊ ਜਿਸ ਨੂੰ ਝਿੜਕ ਮਾਪਿਆਂ ਦੀ ਮਿੱਠੀ ਲੱਗਦੀ ਏ, ਕੋਈ ਵਿਰਲਾ ਹੀ ਬੱਚਾ ਉਹ ਹੋਊ ਜਿਸ ਨੂੰ ਝਿੜਕ ਮਾਪਿਆਂ ਦੀ ਮਿੱਠੀ ਲੱਗਦੀ ਏ, ਪਰ ਮਾਪੇ ਕਦੇ ਕੁਮਾਪੇ ਨਹੀਂ ਹੋ ਸਕਦੇ, ਮਾਪੇ ਕਦੇ ਕੁਮਾਪੇ ਨਹੀਂ ਹੋ ਸਕਦੇ, ਚਲੀ ਆ ਰਹੀ ਰੀਤ ਇਹ ਜੱਗ ਦੀ ਏ, ਪਿਆਰ ਮਾਪਿਆਂ ਦਾ ਭੁੱਲਣਾ ਚਾਹੀਦਾ ਨਹੀਂ, ਛਾਂ ਮਾਪਿਆਂ ਦੀ ਔਖੀ ਲੱਭਦੀ ਏ, ਪਿਆਰ ਮਾਪਿਆਂ ਦਾ ਭੁੱਲਣਾ ਚਾਹੀਦਾ ਨਹੀਂ, ਛਾਂ ਮਾਪਿਆਂ ਦੀ ਔਖੀ ਲੱਭਦੀ ਏ, ਤੋ ਬੱਚਿਆਂ ਨਾਲ ਹੈ ਗੰਢ ਸੰਸਾਰ ਪੈਂਦੀ, ਨਾਲ ਬੱਚਿਆਂ ਗੰਢ ਸੰਸਾਰ ਪੈਂਦੀ, ਤੇ ਬੱਚਾ ਉਹ ਜੋ ਆਗਿਆਕਾਰ ਹੋਵੇ ਰੀਝਾਂ ਨਾਲ ਨੇ ਪਾਲਦੇ ਜਿਵੇਂ ਮਾਪੇ, ਉਵੇਂ ਉਹਨਾਂ ਦਾ ਦਿਲੀ ਸਤਿਕਾਰ ਹੋਵੇ, ਬੱਚੇ ਮਾਪਿਆਂ ਨੂੰ ਜਿੱਥੇ ਮਾਣ ਦਿੰਦੇ ਸੱਚ ਮੁੱਚ ਉਹ ਸੁਖੀ ਪਰਿਵਾਰ ਹੋਵੇ, ਮਾਤਾ ਪਿਤਾ ਦੀ ਕਰਨ ਜੋ ਦਿਲੋਂ ਸੇਵਾ, ਬਖਸ਼ਿਸ਼ ਉਹਨਾਂ ਤੇ ਅਪਰੰਪਾਰ ਹੋਵੇ, ਮਾਤਾ ਪਿਤਾ ਦੀ ਕਰਨ ਜੋ ਦਿਲੋਂ ਸੇਵਾ, ਬਖਸ਼ਿਸ਼ ਉਹਨਾਂ ਤੇ ਅਪਰੰਪਾਰ ਹੋਵੇ। ਸਰੋਤਾ ਜਨੋ, ਮਿੱਤਰ ਪਿਆਰਿਓ,
ਇਹ ਤਾਂ ਹੈ ਤਸਵੀਰ ਦਾ ਇੱਕ ਪਾਸਾ, ਇਹ ਤਾਂ ਹੈ ਤਸਵੀਰ ਦਾ ਇੱਕ ਪਾਸਾ, ਜਾਚਕ ਵੱਲ ਦੂਜੇ ਝਾਤੀ ਮਾਰਦਾ ਏ। ਪੁੱਤਰ ਕਲਯੁਗੀ ਸੁਣੇ ਨਾ ਗੱਲ ਪਿਓ ਦੀ, ਸਗੋਂ ਘੂਰੀਆਂ ਵੱਟ ਦੁਰਕਾਰਦਾ ਏ। ਇਹ ਸਤਰਿਆ ਬਹੱਤਰਿਆ ਹੋ ਗਿਆ ਏ, ਐਵੇਂ ਝੱਲ ਵਲੱਲੀਆਂ ਮਾਰਦਾ ਏ। ਤੇ ਤਾਨੇ ਮਿਹਣੇ ਇਹ ਮਾਰ ਕੇ ਦਿਨ ਰਾਤੀ, ਉਹਨੂੰ ਜਿਉਂਦਿਆਂ ਜੀ ਹੀ ਮਾਰਦਾ ਏ। ਤਾਨੇ ਮਿਹਣੇ ਇਹ ਦੇ ਕੇ ਦਿਨ ਰਾਤੀ, ਉਹਨੂੰ ਜਿਉਂਦਿਆਂ ਜੀ ਹੀ ਮਾਰਦਾ ਏ। ਇੱਕ ਗੱਲ ਹੋਰ, ਬੁਰਾ ਹਾਲ ਬਜ਼ੁਰਗਾਂ ਦਾ ਬੜਾ ਤੱਕਿਆ, ਬੁਰਾ ਹਾਲ ਬਜ਼ੁਰਗਾਂ ਦਾ ਬੜਾ ਤੱਕਿਆ, ਵਿਰਲਾ ਪੁੱਛਦਾ ਇਹਨਾਂ ਦੀ ਬਾਤ ਕੋਈ। ਪਾਣੀ ਅੱਖਾਂ ਚੋਂ ਵਗਦਾ ਨਿੱਤ ਰਹਿੰਦਾ, ਤੇ ਬਿਨਾਂ ਖੰਘ ਤੋਂ ਲੰਘੇ ਨਾ ਰਾਤ ਕੋਈ। ਕਿਤੇ ਸਾਨੂੰ ਵੀ ਖੰਘ ਨਾ ਲੱਗ ਜਾਵੇ, ਕਿਤੇ ਸਾਨੂੰ ਵੀ ਖੰਘ ਨਾ ਲੱਗ ਜਾਵੇ। ਨੇੜੇ ਆ ਕੇ ਪਾਉਂਦਾ ਨੀ ਝਾਤ ਕੋਈ, ਬੱਚੇ ਜਿਨ੍ਹਾਂ ਦੇ ਐਸੇ ਨਖਿੱਧ ਹੋਵਣ। ਐਸਾ ਹੋਵੇ ਨਾ ਪਿਤਾ ਜਾਂ ਮਾਤ ਕੋਈ, ਬੱਚੇ ਜਿਨ੍ਹਾਂ ਦੇ ਐਸੇ ਨਖਿੱਧ ਹੋਵਣ। ਐਸਾ ਹੋਵੇ ਨਾ ਪਿਤਾ ਜਾਂ ਮਾਤ ਕੋਈ। ਇੱਕ ਗੱਲ ਹੋਰ ਕਹਿਣ ਜਾ ਰਿਹਾ ਕਿ ਪੜ੍ਹ ਲਿਖ ਕੇ ਜੇ ਕੁਝ ਸਿੱਖਿਆ ਨਾ, ਤਾਂ ਫਿਰ ਦੁਨੀਆਂ 'ਚ ਆਉਣ ਦਾ ਕੀ ਫਾਇਦਾ। ਕੌੜੇ ਬੋਲ ਕੋਈ ਬੋਲ ਕੇ ਮਾਪਿਆਂ ਨੂੰ, ਐਵੇਂ ਦਿਲ ਦਿਖਾਉਣ ਦਾ ਕੀ ਫਾਇਦਾ। ਜਿਉਂਦੇ ਜੀ ਜੇ ਪਾਣੀ ਵੀ ਪੁੱਛਿਆ ਨਾ, ਪਿੱਛੋਂ ਸ਼ਰਾਧ ਕਰਾਉਣ ਦਾ ਕੀ ਫਾਇਦਾ। ਚਲੇ ਜਾਣ ਪਿੱਛੋਂ ਮਗਰ ਮੱਛ ਵਾਲੇ, ਐਵੇਂ ਹੰਝੂ ਵਗਾਉਣ ਦਾ ਕੀ ਫਾਇਦਾ। ਚਲੇ ਜਾਣ ਪਿੱਛੋਂ ਮਗਰ ਮੱਛ ਵਾਲੇ, ਫੋਕੇ ਹੰਝੂ ਵਗਾਉਣ ਦਾ ਕੀ ਫਾਇਦਾ। ਤੋ ਇਸ ਕਵਿਤਾ ਦਾ ਆਖਰੀ ਬੰਦ, ਧਨ ਮਾਪੇ ਉਹ ਸੱਚਮੁੱਚ ਧਨ ਮਾਪੇ, ਧਨ ਮਾਪੇ ਉਹ ਸੱਚਮੁੱਚ ਧਨ ਮਾਪੇ। ਅੱਗੋਂ ਜਿਨ੍ਹਾਂ ਦੇ ਚੰਗੀ ਔਲਾਦ ਹੁੰਦੀ, ਜਿਹਦੇ ਘਰ ਕੋਈ ਪੁੱਤ ਕਪੁੱਤ ਹੋ ਜਾਏ, ਸਾਰੀ ਜ਼ਿੰਦਗੀ ਉਹਦੀ ਬਰਬਾਦ ਹੁੰਦੀ। ਪਾਲ ਪੋਸ ਕੇ ਵੱਡਾ ਨਾ ਜਿਵੇਂ ਕਰਦੇ, ਪਲ ਪਲ ਦੀ ਜਾਚਕਾ ਯਾਦ ਹੁੰਦੀ। ਤੇ ਸੇਵਾ ਕਰਦਾ ਜੋ ਆਪਣੇ ਮਾਪਿਆਂ ਦੀ, ਉਹਦੇ ਦਿਲ ਦੀ ਪੂਰੀ ਮੁਰਾਦ ਹੁੰਦੀ। ਸੇਵਾ ਕਰਦਾ ਜੋ ਆਪਣੇ ਮਾਪਿਆਂ ਦੀ, ਉਹਦੇ ਦਿਲ ਦੀ ਪੂਰੀ ਮੁਰਾਦ ਹੁੰਦੀ, ਉਹਦੇ ਦਿਲ ਦੀ ਪੂਰੀ ਮੁਰਾਦ ਹੁੰਦੀ, ਉਹਦੇ ਦਿਲ ਦੀ ਪੂਰੀ ਮੁਰਾਦ।